ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂ ਐੱਸ ਟੀ ਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਅੱਜ ਦੀ ਗੱਲ ਲੈ ਕੇ ਮੈਂ ਹਾਜ਼ਰ ਹਾਂ। ਪਿਛਲੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਸ਼੍ਰੀ ਬਰਾੜ ਨਾਂ ਦੇ ਸਿੰਗਰ ਨੂੰ ਜਿਹੜਾ ਹੈ ਉਹ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਅਫਵਾਹਾਂ ਇਹ ਸ਼ੁਰੂ ਹੋ ਗਈਆਂ ਕਿ ਇਹ ਸਿੰਗਰ ਜਿਹੜਾ ਆ ਉਹ ਉਹੀ ਸਿੰਗਰ ਹੈ ਜਿਹਨੇ ਕਿਸਾਨੀ ਐਂਥਮ ਲਿਖਿਆ ਹੈ, ਔਰ ਸ਼ਾਇਦ ਇਹਨੂੰ ਕਿਸਾਨੀ ਐਂਥਮ ਜਾਂ ਕਿਸਾਨ ਸਪੋਰਟ ਦੇ ਕਰਕੇ ਜਿਹੜਾ ਹੈ ਗ੍ਰਿਫਤਾਰ ਕਰ ਦਿੱਤਾ। ਪਰ ਇੱਥੇ ਕਲੀਅਰ ਕਰਦਾ ਕਿ ਇਹ ਇਹਨਾਂ ਨੂੰ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਬਿਲਕੁਲ ਗ੍ਰਿਫਤਾਰ ਨਹੀਂ ਕੀਤਾ ਗਿਆ। ਮਾਮਲਾ ਜਿਹੜਾ ਹੈ ਉਹ ਇਹ ਹੈ ਕਿ ਗਲੋਰੀਫਾਈ ਕਰਤਾ ਇਹਨਾਂ ਨੇ, ਯਾਨੀ ਕਿ ਇਹਨਾਂ ਨੇ ਪ੍ਰਮੋਟ ਕੀਤਾ ਹੈ ਅਨਲਾਫੁਲ ਐਕਟੀਵਿਟੀ ਨੂੰ ਔਰ ਗਨ ਕਲਚਰ ਨੂੰ। ਇਸ ਕਰਕੇ ਜਿਹੜਾ ਹੈ ਇਹਨਾਂ ਦੇ ਖਿਲਾਫ਼ ਜਿਹੜਾ ਹੈ ਉਹ ਪਰਚਾ ਵੀ ਦਰਜ ਹੁੰਦਾ ਹੈ। ਇਹਨਾਂ ਦਾ ਇੱਕ ਗਾਣਾ ਜਿਹੜਾ ਹੈ ਬਾਰਬੀ ਮਾਨ ਨੇ ਗਾਇਆ ਹੈ, ਫੀਚਰ ਬਰਾੜ ਸ਼੍ਰੀ ਕੀਤਾ ਹੈ। ਉਹ ਜਾਨ ਗਾਣਾ ਜਿਹੜਾ ਸੀਗਾ ਉਹ ਉਸ ਨੂੰ ਜਿਹੜਾ ਹੈ ਉਸ ਦੇ ਮੱਦੇਨਜ਼ਰ ਜਿਹੜਾ ਹੈ ਇਹ ਪੂਰਾ ਮੁੱਦਾ ਜਿਹੜਾ ਭਖਿਆ ਹੈ। ਉਸ ਦੇ ਵਿੱਚ ਜਿਹੜਾ ਨਾਭਾ ਜੇਲ੍ਹ ਬ੍ਰੇਕ ਹੈ ਉਹਨੂੰ ਵੀ ਜਿਹੜਾ ਹੈ ਗਲੋਰੀਫਾਈ ਕੀਤਾ ਗਿਆ। ਇਸ ਤੋਂ ਇਲਾਵਾ ਗਨ ਕਲਚਰ ਜਿਹੜਾ ਹੈ ਲਗਾਤਾਰ ਪ੍ਰਮੋਟ ਕੀਤਾ ਹੈ। ਸੋ ਸ਼੍ਰੀ ਬਰਾੜ ਦਾ ਜਿਹੜਾ ਕੇਸ ਹੈ ਉਹ ਪੁਲਿਸ ਨੇ ਜਿਹੜਾ ਹੈ ਇਹਨਾਂ ਨੂੰ ਵੱਖਰੇ ਵੱਖਰੇ ਐਕਟ ਦੇ ਅੰਦਰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਹੈ। ਸ਼੍ਰੀ ਬਰਾੜ ਦੇ ਖਿਲਾਫ਼ ਜਿਹੜੀ FIR ਹੋਈ ਹੈ ਉਹ ਹੋਈ ਹੈ ਸੈਕਸ਼ਨ 3 ਦੇ ਅੰਡਰ, ਪੁਲਿਸ ਇਨਸਾਈਟਮੈਂਟ ਟੂ ਡਿਸਇਫੈਕਸ਼ਨ ਐਕਟ 1922, ਸੈਕਸ਼ਨ 500, 501, 502 ਔਰ 505, 115, 116 ਔਰ 120 IPSC ਜਿਹੜਾ ਇੰਡੀਅਨ ਪੈਨਲ ਕੋਰਟ ਹੈ ਉਹਦੇ ਤਹਿਤ ਜਿਹੜਾ ਹੈ ਵੱਖ ਵੱਖ ਮੁੱਦੇ ਬਣਾਏ ਗਏ ਨੇ। ਇਸ ਪੂਰੇ ਗਾਣੇ ਦੇ ਵਿੱਚ ਜਦੋਂ ਇਸ ਗਾਣਾ ਇਹ ਚੱਲਦਾ ਹੈ ਇਹਨੂੰ ਫਿਲਮਿੰਗ ਕੀਤਾ ਜਾਂਦਾ ਹੈ ਤਾਂ ਇੱਕ ਪੁਲਿਸ ਆਫਿਸਰ ਦੇ ਜਿਹੜਾ ਹੈ ਉਹਨੂੰ ਗਨ ਪੁਆਇੰਟ 'ਤੇ ਰੱਖਿਆ ਜਾਂਦਾ ਹੈ, ਜਿਹੜਾ ਕਿ ਇੱਕ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਜਿਹੜਾ ਹੈ ਉਹਨੂੰ ਆਪਣੇ ਹੱਥ ਵਿੱਚ ਲੈਣਾ ਹੈ। ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਡਵੋਕੇਟ ਮਨਪ੍ਰੀਤ ਚਾਵਲਾ ਨੇ, ਜਿਹੜੇ ਕਿ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਵੀ ਨੇ ਔਰ NGO ਵਿਮੈਨ ਹੈਲਪ ਦੇ ਜਿਹੜੇ ਨੇ ਉਹ ਮੈਂਬਰ ਨੇ। ਸੋ ਮੈਮ, ਤੁਹਾਡਾ ਸਵਾਗਤ ਹੈ ਸਾਡੇ ਇਸ ਸ਼ੋਅ ਦੇ ਅੰਦਰ। ਹਾਂਜੀ, ਥੈਂਕ ਯੂ ਸੋ ਮਚ ਸਰ। ਮੈਮ, ਗੱਲ ਅਸੀਂ ਕਰ ਰਹੇ ਸੀ ਸ਼੍ਰੀ ਬਰਾੜ ਦਾ ਜਿਹੜਾ ਗਾਣਾ ਹੈ ਜਾਨ, ਉਹਦੇ ਵਿੱਚ ਜਿਹੜਾ ਹੈ ਇੱਕ ਤਰੀਕੇ ਨਾਲ ਵਾਇਲੈਂਸ ਜਿਹੜਾ ਹੈ ਉਹਨੂੰ ਪ੍ਰਮੋਟ ਕੀਤਾ ਹੈ, ਵਾਇਲੈਂਸ ਤੋਂ ਇਲਾਵਾ ਗਨ ਕਲਚਰ ਜਿਹੜਾ ਹੈ ਉਹਨੂੰ ਵੀ ਪ੍ਰਮੋਟ ਕੀਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇੱਦਾਂ ਦਾ ਜਿਹੜਾ ਕਲਚਰ ਹੈ ਜਿਹਦੇ ਵਿੱਚ ਗਨ ਪ੍ਰਮੋਟ ਕੀਤੀਆਂ ਜਾਂਦੀਆਂ, ਵਾਇਲੈਂਸ ਪ੍ਰਮੋਟ ਕੀਤਾ ਜਾਂਦਾ, ਅਨਲਾਫੁਲ ਐਕਟੀਵਿਟੀ ਕੀਤੀਆਂ ਜਾਂਦੀਆਂ ਨੇ ਪ੍ਰਮੋਟ, ਉਹ ਕਿਵੇਂ ਦਾ ਇੰਪੈਕਟ ਪਹਿਲਾਂ ਤਾਂ ਯੂਥ 'ਤੇ ਪਾਉਂਦੇ ਨੇ? ਜੀ, ਹਿਊਮਨ ਬੀਂਗ ਨੂੰ ਰਾਈਟ ਹੈਗਾ ਆਪਣੀਆਂ ਸੋਚਾਂ ਨੂੰ ਐਕਸਪ੍ਰੈਸ ਕਰਨ ਦਾ, ਬਟ ਇੱਕ ਲਿਮਿਟ ਹੋਣੀਆਂ ਚਾਹੀਦੀਆਂ ਨੇ ਸਰ। ਇਸ ਤਰ੍ਹਾਂ ਕੀ ਹੈ, ਸਾਡਾ ਸੱਭਿਆਚਾਰ ਖਰਾਬ ਹੋ ਰਿਹਾ ਆ। ਜੇ ਅਸੀਂ ਗਨਸ ਦੀ ਆਰਮਸ ਦੀ ਗੱਲ ਕਰੀਏ, ਇਹਨਾਂ ਦੇ ਯੂਸੇਜ ਦੇ ਨਾਲ ਸਾਡਾ ਜਿਹੜਾ ਯੂਥ ਆ ਉਹ ਗਰਮ ਗਰਮ, ਮਤਲਬ ਗਰਮ ਜੋਸ਼ ਹੈਗਾ ਉਹਨਾਂ ਦੇ ਵਿੱਚ, ਘੁੰਮਿਆ ਉਹ ਗਲਤ ਕੰਮ ਕਰ ਲੈਂਦਾ ਆ, ਗਲਤ ਚੀਜ਼ਾਂ ਦੇ ਵਿੱਚ ਇਨਵੋਲਵਮੈਂਟ ਕਰ ਲੈਂਦੇ। ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹ ਨਵੇਂ ਕਲਚਰ ਦੀ, ਤਾਂ ਨਵਾਂ ਕਲਚਰ ਜਿਹੜਾ ਹੈ ਉਹ ਲਗਾਤਾਰ ਇੱਦਾਂ ਲੱਗ ਰਿਹਾ ਹੈ ਕਿ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਪ੍ਰਮੋਟ ਕੀਤਾ ਜਾਂਦਾ, ਬੇਸਿਕਲੀ ਜਿਹੜਾ ਪੰਜਾਬ ਹੈ ਨਹੀਂ। ਹੁਣ ਜੇ ਅਸੀਂ ਸ਼੍ਰੀ ਬਰਾੜ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾ ਜਿਹੜਾ ਕੇਸ ਸੀਗਾ ਉਹਨੂੰ ਇੱਦਾਂ ਜਿਹੜਾ ਪ੍ਰਮੋਟ ਐਂ ਕੀਤਾ ਜਾ ਰਿਹਾ ਕਿ ਉਹ ਕਿਸਾਨੀ ਸਮਰਥਨ ਕਰ ਰਿਹਾ, ਇਸ ਕਰਕੇ ਉਹਦੇ ਉੱਤੇ ਕੇਸ ਪਾ ਰਿਹਾ ਹੈ। ਮਤਲਬ ਕਿਤੇ ਨਾ ਕਿਤੇ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਸਾਨੂੰ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ Article 19A ਦੇ ਤਹਿਤ ਮਿਲਦਾ ਆ, ਤੁਹਾਨੂੰ ਲੱਗਦਾ ਹੈ ਕਿ ਇਹ ਜਦੋਂ ਇੱਦਾਂ ਦੀਆਂ ਅਨਲੋਫੁਲ ਐਕਟੀਵਿਟੀਜ਼ ਹੁੰਦੀਆਂ ਤਾਂ ਇਹ ਸਾਡਾ ਉਹ ਅਧਿਕਾਰ ਜਿਹੜਾ ਅਸੀਂ ਉਹਨੂੰ ਗਲਤ ਇਸਤੇਮਾਲ ਕਰ ਰਹੇ ਹਾਂ? ਹਾਂਜੀ ਸਰ, ਬਿਲਕੁਲ ਗਲਤ ਇਸਤੇਮਾਲ ਹੋ ਰਿਹਾ ਹੈ। ਜੇ ਅਸੀਂ ਆਪਣੇ ਰਾਈਟਸ ਦੀ ਗੱਲ ਕਰੀਏ ਤਾਂ ਸਾਡੀਆਂ ਡਿਊਟੀਜ਼ ਵੀ ਨੇ ਕੁਝ, ਐਂਡ ਸਾਡੀਆਂ ਡਿਊਟੀਜ਼ ਇਹ ਨੇ ਕਿ ਅਸੀਂ ਹਾਰਮਨੀ ਪ੍ਰਮੋਟ ਕਰਨੀ ਆਪਣੀ ਸੋਸਾਇਟੀ ਦੇ ਵਿੱਚ, ਨਾ ਕਿ ਅਸੀਂ ਲੋਕਾਂ ਨੇ ਇੱਦਾਂ ਦੀਆਂ ਚੀਜ਼ਾਂ ਕਰਨੀਆਂ, ਵਾਇਲੈਂਸ ਕਰਨੀ ਹੈ ਜਿਹਦੇ ਨਾਲ ਕਿ ਲੋਕਾਂ ਦੇ ਉੱਤੇ ਗਲਤ ਇੰਪੈਕਟ ਪਵੇ। ਐਂਡ ਇਹ ਬਹੁਤ ਹੀ ਵਰਸਟ ਚੀਜ਼ ਹੈ ਮੈਂ ਦੇਖੀ ਜਾਏ ਅੱਜ ਦੀ ਡੇਟ ਦੇ ਵਿੱਚ ਤਾਂ। ਜੀ, ਅੱਛਾ, ਜਦੋਂ ਅਸੀਂ ਯੂਥ ਦੀ ਗੱਲ ਕਰ ਰਹੇ ਹਾਂ, ਛੋਟੇ ਬੱਚੇ ਦੀ ਗੱਲ ਕਰਦੇ ਹਾਂ, ਸਕੂਲ ਗੋਇੰਗ ਦੀ ਗੱਲ ਕਰਦੇ ਹਾਂ, ਤਾਂ ਜਦੋਂ ਉਹ ਐਕਸਪੋਜ਼ ਹੁੰਦਾ ਹੈ ਗਨ ਕਲਚਰ ਨੂੰ, ਜਾਂ ਫਿਰ ਚਿੱਟਾ ਆਮ ਸਾਡੇ ਜਿਹੜੇ ਗਾਣਿਆਂ ਦੇ ਵਿੱਚ ਹੈ, ਫੀਮ ਆਮ ਹੈ, ਪੁੱਕੀ ਆਮ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਤਰੀਕੇ ਦੇ ਨਾਲ ਕਲਚਰ ਨੂੰ ਕਿਤੇ ਹੋਰ ਲੈ ਕੇ ਜਾ ਰਹੇ ਨੇ? ਐਗਜੈਕਟਲੀ ਸਰ, ਇਹ ਬਹੁਤ ਅੱਗੇ ਤੱਕ ਸੋਚਣ ਵਾਲੀ ਗੱਲ ਆ। ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹ ਸਪੈਸ਼ਲੀ ਪੁੱਛਦੇ ਨੇ, ਠੀਕ ਹੈ, ਉਹ ਪੁੱਛਦੇ ਨੇ ਕਿ ਮੇਰੇ ਖੁਦ ਦੇ ਕਜ਼ਨਸ ਨੇ ਦੇ ਯੂਜ਼ ਟੂ ਆਸਕ ਅਸ ਕਿ ਇਹ ਕੀ ਹੈ, ਚਿੱਟਾ ਕੀ ਹੈ, ਇਹ ਪੁੱਕੀ ਕੀ ਹੈ, ਫੀਮ ਕੀ, ਕਿਉਂਕਿ ਉਹ ਚੀਜ਼ਾਂ ਗਾਣੇ ਦੇ ਵਿੱਚ ਆਉਂਦੀਆਂ ਨੇ। ਐਂਡ ਬੱਚੇ ਬਹੁਤ ਮਤਲਬ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹ ਕੀ ਬੋਲ ਰਹੇ ਹੈ, ਕੀ ਗਾ ਰਹੇ ਨੇ, ਬਟ ਉਹ ਸੁਣਦੇ ਨੇ। ਐਂਡ ਈਵਨ ਉਹ ਪੁੱਛਦੇ ਵੀ ਨੇ ਕਿ ਇਹ ਕਿਸ ਤਰ੍ਹਾਂ ਕੌਣ ਯੂਜ਼ ਕਰਦਾ ਆ, ਜੋ ਚੀਜ਼ਾਂ ਉਹ ਲੋਕ ਦੇਖਦੇ ਨੇ ਉਹਦੇ ਵਿੱਚ, ਟੀਵੀਜ਼ 'ਚ ਦੇਖਦੇ ਨੇ। ਐਂਡ ਜੇ ਅਸੀਂ ਉੜਦਾ ਪੰਜਾਬ ਦੀ ਗੱਲ ਕਰੀਏ ਉਹਦੇ ਵਿੱਚ ਤਾਂ ਇਟ ਇਜ਼ ਕਲੀਅਰ ਕੱਟ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਕਿਸਾਨੀ ਸੰਘਰਸ਼ ਵੀ ਚੱਲ ਰਿਹਾ, ਇਹ ਵੀ ਕਹਿੰਦੇ ਨੇ ਕਿ ਹੁਣ ਪੰਜਾਬ ਉੜਦਾ ਪੰਜਾਬ ਨਹੀਂ ਰਹਿ ਗਿਆ, ਉਹ ਪੰਜਾਬ ਹੈ ਜਿੱਥੇ ਯੋਧੇ ਸੂਰਮਿਆਂ ਦਾ ਪੰਜਾਬ ਹੈ, ਔਰ ਪੰਜਾਬ ਮੁੜ ਸੁਰਜੀਤ ਹੋ ਕੇ ਬਾਹਰ ਆਇਆ ਹੈ। ਤੁਹਾਨੂੰ ਲੱਗਦਾ ਕਿ ਇਹਦੇ ਨਾਲ ਨਾਲ ਜਿਹੜਾ ਹੈ ਸਾਡੀ ਇੱਕ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਹੁਣ ਸਾਡੇ ਸਿੰਗਰਾਂ ਨੂੰ ਇਹ ਸਾਰਾ ਕੁਝ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ, ਕਿ
ਪੌਪ ਕਲਚਰ, ਗਨ ਕਲਚਰ ਨੂੰ ਪ੍ਰਮੋਟ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। एग्जैक्टली सर, लिटिल बिट देयर मस्ट बी अ चेंज। ठीक है, मेरे अकॉर्डिंगली चेंज होना बहुत जरूरी है। जो पुराना टाइम सीगा वो हुन निकल गया। आज दे डेट असी जिस देखिए किसान जो प्रोटेस्ट चल रहा है उदे विच अद्धे तो ज्यादा यूथ ने। जी ठीक है, एंड मैं बहुत अच्छा प्राउड फील करती हूं, मैं एक यूथ हाँ। ठीक है, साडा जिदा अज दी डेट दे विच देखा जाए असी लोग इन चीजा बहुत ज्यादा लैके अगे चल रहे हैं कि जिहड़ा साडा प्रोटेस्ट जिहड़ा फार्मर्स प्रोटेस्ट कर रहे ने उह बिल जिहड़ा है रिपील कर दिता जाए, एंड इट इज फॉर देयर सेक। एंड अगे आके जिहड़े यूथ आ बेसिकली काम तो उन्हां दे ही आना है ना ये वाला। ठीक है, असी आने वाली जनरेशन आ अगे यूथ जिहड़ा हैगा आ। अच्छा मनप्रीत जी, जो आप गल कर रहे हैं कि तुसी किसानी प्रोटेस्ट की गल ही कर रहे हो, तो एक एक पॉइंट जो बहुत डिस्कस किया जा रहा अजकल, वो कहते हैं कि ये जो स्टेट सब्जेक्ट है तो गवर्नमेंट ने अनलॉफुल तरीके अनकॉन्स्टिट्यूशनल तरीके ये उत्ते बिल बनाए हैं, ये उत्ते कुछ कह सकते हो? सर मैं देखो फिलहाल मैं अपने व्यूज इस टाइप में एक्सप्रेस कर सकती हूँ कि या अनलॉफुल भी है, बट बीइंग एन एडवोकेट जो मेरी नॉलेज है या जो मेरी प्रैक्टिस है, ठीक है, असी लोग ये कहने कि जेडे लॉज एक बार इनफोर्स हो जाते ने बन जाते ने कभी भी देखो रिपील नहीं होंगे। ठीक है, जो बहुत ही ज्यादा प्रॉब्लम ना क्रिएट हो, एंड इट्स ह्यूज मेस विच इज क्रिएटेड। ठीक है, एंड ये जेडे लॉज है अमेंड हो सकते बट रिपील नहीं हो सकते बिल्कुल। जो आप कही जड़ों खत्म तो गल ही नहीं है। ठीक है, क्योंकि जो कॉन्स्टिट्यूशन है उदे विच इट इज मेंशनड क्लियरली, एक बार जो लॉ बन जाता है वो अमेंड होता है ना कि रिपील होता है। जी अच्छा, बार बार गवर्नमेंट भी यही कह रही है कि तुसी अमेंड करा लो, रीपील ना कराओ, और तुहानू लगता है कि फिर कितने ना कितने रीपील नहीं होएगा और अमेंडमेंट से ही गल मुकेगी जे कॉन्स्टिट्यूशनली चलिए? तो सर हां जी, जे मैं कॉन्स्टिट्यूशन नू अगे लैके चला, बीइंग एन एडवोकेट अगे लैके चला, या मैं जे मैं लॉ मेकर दी सोच तो सोचा सर ये अमेंडमेंट ही होएगा, ये रिपील नहीं होएगा। वाके अच्छा मनप्रीत, जो असी गल करते हैं कि हुण नवां कल्चर शुरू हो गया, पॉप कल्चर है, फिलहाल असी बार्डर के उत्ते डटे हुए हैं, बीइंग अ यूथ तुसी किवें देखते हो ये पूरा कल्चर का ट्रांसफॉर्मेशन है पंजाब का, इहनूं किवें देखते हो? सर बीइंग अ यूथ मैं ये चीज देखती हूँ, जिदा तुहानूं अगे भी दस्सिया आ कि हाँ यूथ बहुत वधिया काम कर रहा, बहुत अगे आ रहा है, बट हाँ ये जड़िया चीजा जड़िया गैर कानूनी चीजा या यूजेज ऑफ आर्म्स या इन्हू चीजा हट के करना चाहिए आ। मैं काफी वीडियोज देखिया काफी वायरल हो रही ने, लाइक वो लोग बब्बू मान के गाने लगा के, ठीक है, आई आई वॉज नॉट लाइक मैनु नाम नहीं सी लेना चाहिए बट या गाने लगा के देवर इंजॉइंग देयर, एंड वो सारे गाने जो उन्होंने लगाए थे देवर बेसिकली और आर्म्स ओनली, वो सिर्फ हथियार दी ही गल कर रहे थे उत्थे, एंड इन्होंने चीजा तो उन्होंने परे रहना चाहिए आ। उत्थे बहुत अच्छा एक कल्चर मेनटेन किया गया आ साडे जेडे बजुर्ग ने उन्होंने द्वारा, एंड उन्होंने ओदे विच ही रहना चाहिए आ। देखो तुसी उत्थे पाठ पूजा चल रहा आ, इन्हों ओदे विच ही अपनी इनवॉल्वमेंट शो करनी चाहिए, ना कि इदा दे हथियार हथुरां दी गल्लां करनी चाहिए आ। इट्स अ पीसफुल प्रोटेस्ट, इन्हू पीसफुल ही रहन देना चाहिए आ, इदा हुल्लड़बाजी करके इसका की हो रहा है साड़ी सोसाइटी नूं ही अगे हार्म हो रहा है, राइट? जी 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 मनप्रीत जी, जो आप गल कर रहे हैं कि आप इस संघर्ष तो पूरा पहला हट जाइए, तो जो सिंगर्स नूं पूछा जाता कि तुसी इदां दे गाने क्यों बना रहे हो, तो वो कहते जी कि समय की मांग है, असी तो प्रमोशनस लई बना रहे हो, इंडस्ट्री मांग रही है इस करके बना रहे हो, तुहानूं लगता है कि ये वाकई समय की मांग है? सर इस तरह का कुछ नहीं है, एंड जे देखो जी जे कोई गाना आएगा सोसाइटी दे विच ते हुण लोकी सुनने थोड़ा ना बंद कर देंगे। जी ठीक है, ए हर बंदे दी अपनी अपनी सोच है, हर बंदे दा अपना अपना नजरिया है। सर जे अज मैं सतिंदर सरताज की गल करती हाँ, सतिंदर सरताज तो ए नहीं प्रमोट कर रहा ना कि हथियार टूर एंड ऑल, राइट? मैं हुण तुसी हुण गल कीती है तो मैं नाम ले रही हाँ, ठीक है, जैसे श्री बराज की गल करिए तो उन्होंने खुद ही प्रमोट किया है, नो वन वॉज आस्किंग हिम और फोर्सिंग हिम जी कि तुसी इदां दा गाना कड्डो, राइट? सो किते ना किते ए समय दी मांग नहीं है, ए किते ना किते इनां दा आपदा पर्सनल चॉइस है या फिर पर्सनल टेस्ट कह सकदे हां ना? एग्जैक्टली सर, इट्स अ पर्सनल चॉइस एंड पर्सनल टेस्ट, इदां दा कुछ हैगा नहीं। जे इनां ने खाली देखो हुण खालिस्तान कह रहे ने, टेररिस्ट कह रहे ने, ठीक है, दैट इज अ पार्ट, बट सानू एक पीसफुल प्रोटेस्ट ही करना चाहिदा आ, एंड जो साडे कल्चर च हैगा आ ट्रेडिशंस या सभ्याचार च सानू वो कभी चीजा नहीं भुलनिया चाहिए। जी मनप्रीत जी, थोड़ा बहुत बहुत धन्यवाद, तुसी साडे नाल जुड़े हो और अपने जिहड़े विचार साडे नाल सांझे कीते ने, एक बार फिर तो थोड़ा बहुत बहुत धन्यवाद। थैंक्स अ लॉट सर, थैंक्स फॉर गिविंग मी चांस। ओके,
ਇਸੀ ਮਨ ਐਡਵੋਕੇਟ ਮਨਪ੍ਰੀਤ ਚਾਵਲਾ। ਔਰ ਜਦੋਂ ਅਸੀਂ ਯੂਥ ਦੀ ਗੱਲ ਕਰਦੇ ਹਾਂ ਤਾਂ ਯੂਥ ਜਿਹੜਾ ਹੁੰਦਾ ਕੱਚੀ ਮਿੱਟੀ ਵਰਗਾ ਹੁੰਦਾ, ਤੁਸੀਂ ਉਹਨੂੰ ਜਿਵੇਂ ਦਾ ਬਣਾਓ ਉਵੇਂ ਦਾ ਬਣ ਜਾਂਦਾ ਹੈ। ਸੋ ਗੁਜ਼ਾਰਿਸ਼ ਹੈ ਸਾਡੇ ਲਿਖਣ ਵਾਲਿਆਂ ਨੂੰ, ਜਿਹੜੇ ਲਿਖਾਰੀ ਨੇ, ਕਿ ਉਹ ਚੀਜ਼ ਲਿਖੋ ਜਿਹੜੀ ਸਾਡੇ ਪੰਜਾਬ ਦੇ ਕੰਮ ਆਵੇ, ਸਾਡੇ ਨੌਜਵਾਨਾਂ ਦੇ ਕੰਮ ਆਵੇ, ਨਾ ਕਿ ਤੁਸੀਂ ਗਨ ਕਲਚਰ ਪ੍ਰਮੋਟ ਕਰ ਲਓ, ਅਨਲਾਫੁਲ ਐਕਟੀਵਿਟੀ ਪ੍ਰਮੋਟ ਕਰੋ ਔਰ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਵਿਗੜੇ। ਕਿਉਂਕਿ ਹੁਣ ਅਸੀਂ ਬੜੇ ਸੁਘੜ ਥਾਂ ਦੇ ਉੱਤੇ ਹਾਂ, ਸਾਡਾ ਸੰਘਰਸ਼ ਜਿਹੜਾ ਹੈ ਉਹ ਨਿਰਣਾਇਕ ਮੋੜ ਦੇ ਉੱਤੇ ਹੈ ਔਰ ਇੱਕ ਲੋੜ ਹੈ ਚੰਗੇ ਲਿਖਾਰੀ ਨੂੰ ਇੱਕ ਚੰਗਾ ਫਰਜ਼ ਨਿਭਾਉਣ ਦਾ। ਇਸੇ ਵਿਸ਼ੇ ਦੇ ਨਾਲ ਮੈਂ ਚੱਲਦਾ, ਫਿਰ ਮਿਲਾਂਗਾ ਤੁਹਾਨੂੰ ਕਿਸੇ ਹੋਰ ਮੋੜ ਦੇ ਉੱਤੇ, ਕਰਾਂਗਾ ਤੁਹਾਡੇ ਨਾਲ ਪੱਖੇ ਹੋਏ ਮੁੱਦਿਆਂ 'ਤੇ ਗੱਲ। ਦੇਖਦੇ ਰਹੋ ਪੰਜਾਬ ਮੇਲ USA TV।